ਯਕਾਲ ਵੈਲਕਮ ਬੈਕ ਔਨ ਮਾਈ ਚੈਨਲ ਸਿਮਨ ਸਟੱਡੀਜ਼ ਐਂਡ ਆਮ ਸਿਮਨ ਸੋ ਗਾਇਜ਼ ਅੱਜ ਦਾ ਆਪਣਾ ਟਾਪਿਕ ਹੈ ਹਾਰਡਵੇਅਰ ਵਰਸਸ ਸੌਫਟਵੇਅਰ ਡਿਫਰੈਂਸ ਬੀਟਵੀਨ ਹਾਰਡਵੇਅਰ ਐਂਡ ਸੌਫਟਵੇਅਰ ਵਾਟ ਇਜ਼ ਅ ਹਾਰਡਵੇਅਰ ਵਾਟ ਇਜ਼ ਅ ਸੌਫਟਵੇਅਰ ਹਾਊ ਮਨੀ ਟਾਈਪਸ ਆਫ ਸੌਫਟਵੇਅਰ ਇਨਰ ਟਾਪਿਕਸ ਤੇ ਮੈਂ ਅਲੱਗ ਤੋਂ ਵੀਡੀਓਜ਼ ਬਣਾਈ ਹੋਈ ਹੈ ਉਸ ਵੀਡੀਓ ਦੇ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਹੈ ਉਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਵੀਡੀਓ ਦੇਖ ਸਕਦੇ ਹੋ ਹਾਂਜੀ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ ਬਹੁਤ ਹੀ ਇੰਪੋਰਟੈਂਟ ਟਾਪਿਕ ਹੈ ਮੋਸਟਲੀ ਐਗਜ਼ ਫਸਟ ਡਿਫਰੈਂਸ ਹਾਰਡਵੇਅਰ ਇਜ਼ ਅ ਫਿਜ਼ੀਕਲ ਪਾਰਟਸ ਆਫ ਦਾ ਕੰਪਿਊਟਰ ਥੈਟ ਕੇਸ ਪ੍ਰੋਸੈਸਿੰਗ ਆਫ ਡਾਟਾ ਹਾਰਡਵੇਅਰ ਕੀ ਹੈ ਫਿਜ਼ੀਕਲ ਪਾਰਟਸ ਫਿਜ਼ੀਕਲ ਪਾਰਟਸ ਦੇਰੇ ਕੰਪਿਊਟਰ ਦੇ ਨਾਲ ਕਨੈਕਟਡ ਹੁੰਦੇ ਆਂ ਔਰ ਕੀ ਕਰਦੇ ਆਂ ਕੇਸ ਪ੍ਰੋਸੈਸਿੰਗ ਆਫ ਡਾਟਾ ਸੌਫਟਵੇਅਰ ਇਜ਼ ਅ ਸੈਟ ਆਫ ਇਨਸਟਰਕਸ਼ਨ ਥੈਟ ਟੈਲਸ ਅ ਕੰਪਿਊਟਰ ਐਗਜ਼ੈਕਟਲੀ ਵਾਟ ਟੂ ਡੂ ਸੌਫਟਵੇਅਰ ਕੀ ਹੁੰਦਾ ਸੈਟ ਆਫ ਇਨਸਟਰਕਸ਼ਨਸ ਹੁੰਦੀਆਂ ਜਿਹੜੀਆਂ ਕੰਪਿਊਟਰ ਨੂੰ ਦੱਸਦੀਆਂ ਕਿ ਐਗਜ਼ੈਕਟਲੀ ਕੀ ਕਰਨਾ ਹੈ ਸੈਕੰਡ ਡਿਫਰੈਂਸ ਇਟ ਇਜ਼ ਮੈਨੂਫੈਕਚਰ but software it is developed and engineered next difference as hardware are physical components we can see and touch hardware because hardware and there jede physical components hai isliye apa inanu no touch bhi kar sakde haan aur dekh bhi sakde haan but software we can see and also use the software but can't actually touch them apa software nu dekh bhi sakde haan aur use bhi karde haan but uno apa touch nahi kar sakde we can't actually touch them ਹਾਰਡਵੇਅਰ ਇਜ਼ ਨਾਟ ਇਫੈਕਟਡ ਬਾਈ ਕੰਪਿਊਟਰ ਵਾਇਰਸਸ ਹਾਰਡਵੇਅਰ ਨੂੰ ਕਦੇ ਵੀ ਕੋਈ ਵੀ ਕੰਪਿਊਟਰ ਵਾਇਰਸ ਇਫੈਕਟ ਨਹੀਂ ਕਰਦਾ ਬਟ ਸੌਫਟਵੇਅਰ ਇਜ਼ ਇਫੈਕਟਡ ਬਾਈ ਕੰਪਿਊਟਰ ਵਾਇਰਸਸ ਸੌਫਟਵੇਅਰ ਨੂੰ ਜੇ ਕੋਈ ਵੀ ਕੰਪਿਊਟਰ ਦੇ ਵਿੱਚ ਵਾਇਰਸ ਆਉਂਦਾ ਹੈ ਤਾਂ ਉਹ ਸੌਫਟਵੇਅਰ ਨੂੰ ਇਫੈਕਟ ਕਰੇਗਾ ਹੀ ਕਰੇਗਾ ਨੈਕਸਟ ਡਿਫਰੈਂਸ ਇਟ ਕਾਂਟ ਬੀ ਟਰਾਂਸਫਰਡ ਫਰੋਮ ਵਨ ਪਲੇਸ ਟੂ ਅਨਦਰ ਇਲੈਕਟ੍ਰੋਨਿਕਲੀ ਹਾਰਡਵੇਅਰ ਨੂੰ ਆਪਾਂ ਇਲੈਕਟ੍ਰੋਨਿਕਲੀ ਟਰਾਂਸਫਰ ਨਹੀਂ ਕਰ ਸਕਦੇ ਫਰੋਮ ਵਨ ਪਲੇਸ ਟੂ ਅਨਦਰ ਬਟ ਇਟ ਕੈਨ ਬੀ ਟਰਾਂਸਫਰਡ ਸਾਫਟਵੇਅਰ ਨੂੰ ਆਪਾਂ ਇਲੈਕਟ੍ਰੋਨਿਕਲੀ ਟ੍ਰਾਂਸਫਰ ਕਰ ਸਕਦੇ ਹਾਂ ਫ੍ਰੋਮ ਵਨ ਪਲੇਸ ਟੂ ਅਨਦਰ ਲਾਸਟ ਡਿਫਰੈਂਸ ਇਜ਼ ਐਗਜ਼ਾਮਪਲਸ ਆਫ ਹਾਰਡਵੇਅਰ ਲਾਈਕ ਕੀਬੋਰਡ ਮਾਊਸ ਮੋਨਿਟਰ CPU RAM ਐਕਸਟਰਾ ਥੀਜ਼ ਆਰ ਦਾ ਐਗਜ਼ਾਮਪਲਸ ਆਫ ਹਾਰਡਵੇਅਰ ਇਹ ਸਾਰੇ ਕਿੰਨੇ ਫਿਜ਼ੀਕਲ ਕੰਪੋਨੈਂਟਸ ਨੇ ਇਹਨਾਂ ਨੂੰ ਆਪਾਂ ਟੱਚ ਕਰ ਸਕਦੇ ਹਾਂ ਐਗਜ਼ਾਮਪਲਸ ਆਫ ਸਾਫਟਵੇਅਰ MS WORD EXCEL POWERPOINT MYSQL ਥੀਜ਼ ਆਰ ਦਾ ਐਗਜ਼ਾਮਪਲਸ ਆਫ ਸਾਫਟਵੇਅਰ ਇਹ ਕੀ ਨਹੀਂਗੇ ਆਪਾਂ ਇਹਨਾਂ ਨੂੰ ਵੇਖ ਤਾਂ ਸਕਦੇ ਆ ਵਟ ਵੀ ਕੈਨਟ ਐਕਚੁਅਲੀ ਟੱਚ देम ਆਪਾਂ ਇਹਨਾਂ ਨੂੰ ਟੱਚ ਨਹੀਂ ਕਰ ਸਕਦੇ ਸੋ ਏਸੀ ਕੁਝ ਡਿਫਰੈਂਸਸ ਬੀਟਵੀਨ ਹਾਰਡਵੇਅਰ ਐਂਡ ਸੌਫਟਵੇਅਰ ਆਈ ਹੋਪ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਏਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੀ ਐਂਡ ਸ਼ੇਅਰ ਮਾਈ ਵੀਡੀਓ ਔਰ ਇਸੇ ਤਰ੍ਹਾਂ ਦੀ ਹੋਰ ਇਨਫੋਰਮੇਟਿਵ ਵੀਡੀਓਜ਼ ਵੇਖਣ ਲਈ ਮੇਰੇ ਚੈਨਲ ਸਿਮਨ ਸਟੱਡੀਜ਼ ਨੂੰ ਸਬਸਕ੍ਰਾਈਬ ਕਰ ਲਓ